ਹਾਂ ਜੀ ਸਰ, ਅੱਜ ਦੇ ਸਰਚ ਅਭਿਆਨ ਬਾਰੇ ਦੱਸੋ ਥੋੜ੍ਹਾ। ਇਹ ਜਿਹੜਾ ਕਾਸੋ ਓਪਰੇਸ਼ਨ ਹੈ, ਇਹ ਮਾਣਯੋਗ CP ਸਾਹਿਬ ਲੁਧਿਆਣਾ ਕੁਲਦੀਪ ਚਹਿਲ ਹੋਰਾਂ ਦੇ ਜਿਹੜਾ ਹੁਕਮਾਂ 'ਤੇ, ਅਤੇ ਮਾਣਯੋਗ ਸਾਡੇ DGP ਪੰਜਾਬ ਗੌਰਵ ਯਾਦਵ ਸਰ, ਅਤੇ ਸਪੈਸ਼ਲ DGP ਅਰਪਿਤ ਸ਼ੁਕਲਾ ਸਾਹਿਬ ਲੋ ਐਂਡ ਆਰਡਰ, ਉਹਨਾਂ ਦੀਆਂ ਜਿਹੜੀਆਂ ਡਾਇਰੈਕਸ਼ਨਸ ਨੇ ਉਹਦੇ ਉੱਤੇ ਪੈਨ ਪੰਜਾਬ 'ਚ ਜਿਹੜਾ ਇਹ ਕਾਸੋ ਓਪਰੇਸ਼ਨ ਕੀਤਾ ਜਾਂਦਾ, ਉਹਦੇ ਵਿੱਚ ਵੱਖ ਵੱਖ ਏਰੀਏ ਜਿਹੜੇ ਆ, ਜਿਹੜੇ ਅਸੀਂ ਜਿਨ੍ਹਾਂ ਨੂੰ ਸ਼ੱਕੀ ਜਾਂ ਜਿੱਥੇ ਡਰੱਗ ਦੀ ਜਾਂ ਹੋਰ ਜਿਹੜੀ ਇਹੋ ਜਿਹੀਆਂ ਗੱਲਾਂ ਸਾਡੇ ਧਿਆਨ 'ਚ ਆਉਂਦੀਆਂ, ਉਸ ਏਰੀਆ ਨੂੰ ਚੂਜ਼ ਕਰਕੇ ਉੱਥੇ ਜਿਹੜਾ ਕਾਸੋ ਓਪਰੇਸ਼ਨ ਸੈਮੀਟੇਨੀਅਸਲੀ ਸਾਰੇ ਕਮਿਸ਼ਨਰੇਟ ਦੇ ਵਿੱਚ ਸੇਮ ਟਾਈਮ 'ਚ ਕਰਾਇਆ ਜਾਂਦਾ। ਸਰ, ਆਪ ਦਿਨ ਚਾਹੇ ਕੋਈ ਅਫਸਰ ਦੀ ਤਬਦੀਲੀ ਹੋਵੇ ਜਾਂ ਕਿਸੇ ਤੋਂ ਸੂਹ ਮਿਲੀ ਹੋਵੇ, ਇੱਥੇ ਸਰਚ ਅਭਿਆਨ ਚਲਾਇਆ ਜਾਂਦਾ, ਪਰ ਪੱਕੇ ਤੌਰ 'ਤੇ ਠੱਲ ਨਹੀਂ ਪੈਂਦੇ? ਦੇਖੋ, ਇਹ ਜਿਹੜੇ ਬੈਸਟ ਐਫਰਟਸ ਕੀਤੇ ਜਾਂਦੇ ਆ, ਓਪਰੇਸ਼ਨ ਜਿਹੜੇ ਆ, ਸਰਚ ਓਪਰੇਸ਼ਨ ਕੀਤੇ ਜਾਂਦੇ, ਉਹਦੇ 'ਚ ਰਿਕਵਰੀਆਂ ਵੀ ਕੀਤੀਆਂ ਜਾਂਦੀਆਂ। ਜਿਵੇਂ ਕਿ ਹੁਣ ਅੱਜ ਮੈਂ ਹੁਣ ਇੱਥੇ ਸ਼ਿਮਲਾਪੁਰੀ ਏਰੀਏ ਦੇ ਵਿੱਚ ਹਾਂ, ACP ਇੰਡਸਟਰੀ A-B ਅਤੇ ADCP 2 ਦੇਵ ਸਿੰਘ ਹੋਰਾਂ ਦੇ ਜਿਹੜੇ ਇੱਥੇ ਸ਼ਿਮਲਾਪੁਰੀ ਥਾਣੇ ਦਾ ਜਿਹੜਾ ਏਰੀਆ, ਇਹਨਾਂ ਨੇ ਜਿਹੜੀ ਆ ਸਰਚ ਓਪਰੇਸ਼ਨ ਦੌਰਾਨ ਤਕਰੀਬਨ 5 ਲੇਡੀਜ਼ ਅਤੇ ਜੈਂਟਸ ਹੈ ਜਿਨ੍ਹਾਂ ਨੂੰ ਰਾਊਂਡ ਅਪ ਕੀਤਾ, ਅਤੇ ਉਹਨਾਂ ਦੇ ਕੋਲੋਂ ਜਿਹੜਾ ਨਸ਼ੀਲੀਆਂ ਜਿਹੜੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ। ਤਾਂ ਇਸੇ ਤਰ੍ਹਾਂ ਨਾਲ ਕਮਿਸ਼ਨਰੇਟ 'ਚ ਵੱਖ ਵੱਖ ਥਾਵਾਂ 'ਤੇ ਵੀ ਜਿਹੜਾ ਕਾਸੋ ਓਪਰੇਸ਼ਨ ਚੱਲ ਰਿਹਾ, ਤਾਂ ਉੱਥੇ ਜਿਹੜੀ ਵੱਖ ਵੱਖ ਜਗ੍ਹਾ 'ਤੇ ਜਿਹੜੀ ਕੋਈ ਰਿਕਵਰੀ ਹੋਏਗੀ, ਉਹਦੀ ਅਸੀਂ ਸ਼ਾਮ ਨੂੰ ਇੱਕ ਜਿਹੜੀ ਆ ਪ੍ਰੈਸ ਬਰੀਫਿੰਗ ਦੇ ਦਾਂਗੇ। ਜੀ ਸਰ, ਅੱਜ ਦੇ ਸਰਚ ਅਭਿਆਨ ਬਾਰੇ ਦੱਸੋ ਥੋੜ੍ਹਾ। ਇਹ ਜਿਹੜਾ ਕਾਸੋ ਓਪਰੇਸ਼ਨ ਹੈ, ਇਹ ਮਾਣਯੋਗ CP ਸਾਹਿਬ ਲੁਧਿਆਣਾ ਕੁਲਦੀਪ ਚਹਿਲ ਹੋਰਾਂ ਦੇ ਜਿਹੜਾ ਹੁਕਮਾਂ 'ਤੇ, ਅਤੇ ਮਾਣਯੋਗ ਸਾਡੇ DGP ਪੰਜਾਬ ਗੌਰਵ ਯਾਦਵ ਸਰ, ਅਤੇ ਸਪੈਸ਼ਲ DGP ਅਰਪਿਤ ਸ਼ੁਕਲਾ ਸਾਹਿਬ ਲੋ ਐਂਡ ਆਰਡਰ, ਉਹਨਾਂ ਦੀਆਂ ਜਿਹੜੀਆਂ ਡਾਇਰੈਕਸ਼ਨਸ ਨੇ ਉਹਦੇ ਉੱਤੇ ਪੈਨ ਪੰਜਾਬ 'ਚ ਜਿਹੜਾ ਇਹ ਕਾਸੋ ਓਪਰੇਸ਼ਨ ਕੀਤਾ ਜਾਂਦਾ, ਉਹਦੇ ਵਿੱਚ ਵੱਖ ਵੱਖ ਏਰੀਏ ਜਿਹੜੇ ਆ, ਜਿਹੜੇ ਅਸੀਂ ਜਿਨ੍ਹਾਂ ਨੂੰ ਸ਼ੱਕੀ ਜਾਂ ਜਿੱਥੇ ਡਰੱਗ ਦੀ ਜਾਂ ਹੋਰ ਜਿਹੜੀ ਇਹੋ ਜਿਹੀਆਂ ਗੱਲਾਂ ਸਾਡੇ ਧਿਆਨ 'ਚ ਆਉਂਦੀਆਂ, ਉਸ ਏਰੀਆ ਨੂੰ ਚੂਜ਼ ਕਰਕੇ ਉੱਥੇ ਜਿਹੜਾ ਕਾਸੋ ਓਪਰੇਸ਼ਨ ਸੈਮੀਟੇਨੀਅਸਲੀ ਸਾਰੇ ਕਮਿਸ਼ਨਰੇਟ ਦੇ ਵਿੱਚ ਸੇਮ ਟਾਈਮ 'ਚ ਕਰਾਇਆ ਜਾਂਦਾ। ਸਰ, ਆਪ ਦਿਨ ਚਾਹੇ ਕੋਈ ਅਫਸਰ ਦੀ ਤਬਦੀਲੀ ਹੋਵੇ ਜਾਂ ਕਿਸੇ ਤੋਂ ਸੂਹ ਮਿਲੀ ਹੋਵੇ, ਇੱਥੇ ਸਰਚ ਅਭਿਆਨ ਚਲਾਇਆ ਜਾਂਦਾ, ਪਰ ਪੱਕੇ ਤੌਰ 'ਤੇ ਠੱਲ ਨਹੀਂ ਪੈਂਦੇ? ਦੇਖੋ, ਇਹ ਜਿਹੜੇ ਬੈਸਟ ਐਫਰਟਸ ਕੀਤੇ ਜਾਂਦੇ ਆ, ਓਪਰੇਸ਼ਨ ਜਿਹੜੇ ਆ, ਸਰਚ ਓਪਰੇਸ਼ਨ ਕੀਤੇ ਜਾਂਦੇ, ਉਹਦੇ 'ਚ ਰਿਕਵਰੀਆਂ ਵੀ ਕੀਤੀਆਂ ਜਾਂਦੀਆਂ। ਜਿਵੇਂ ਕਿ ਹੁਣ ਅੱਜ ਮੈਂ ਹੁਣ ਇੱਥੇ ਸ਼ਿਮਲਾਪੁਰੀ ਏਰੀਏ ਦੇ ਵਿੱਚ ਹਾਂ, ACP ਇੰਡਸਟਰੀ A-B ਅਤੇ ADCP 2 ਦੇਵ ਸਿੰਘ ਹੋਰਾਂ ਦੇ ਜਿਹੜੇ ਇੱਥੇ ਸ਼ਿਮਲਾਪੁਰੀ ਥਾਣੇ ਦਾ ਜਿਹੜਾ ਏਰੀਆ, ਇਹਨਾਂ ਨੇ ਜਿਹੜੀ ਆ ਸਰਚ ਓਪਰੇਸ਼ਨ ਦੌਰਾਨ ਤਕਰੀਬਨ 5 ਲੇਡੀਜ਼ ਅਤੇ ਜੈਂਟਸ ਹੈ ਜਿਨ੍ਹਾਂ ਨੂੰ ਰਾਊਂਡ ਅਪ ਕੀਤਾ, ਅਤੇ ਉਹਨਾਂ ਦੇ ਕੋਲੋਂ ਜਿਹੜਾ ਨਸ਼ੀਲੀਆਂ ਜਿਹੜੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ। ਤਾਂ ਇਸੇ ਤਰ੍ਹਾਂ ਨਾਲ ਕਮਿਸ਼ਨਰੇਟ 'ਚ ਵੱਖ ਵੱਖ ਥਾਵਾਂ 'ਤੇ ਵੀ ਜਿਹੜਾ ਕਾਸੋ ਓਪਰੇਸ਼ਨ ਚੱਲ ਰਿਹਾ, ਤਾਂ ਉੱਥੇ ਜਿਹੜੀ ਵੱਖ ਵੱਖ ਜਗ੍ਹਾ 'ਤੇ ਜਿਹੜੀ ਕੋਈ ਰਿਕਵਰੀ ਹੋਏਗੀ, ਉਹਦੀ ਅਸੀਂ ਸ਼ਾਮ ਨੂੰ ਇੱਕ ਜਿਹੜੀ ਆ ਪ੍ਰੈਸ ਬਰੀਫਿੰਗ ਦੇ ਦਾਂਗੇ। ਜੀ ਸਰ, ਅੱਜ ਦੇ ਸਰਚ ਅਭਿਆਨ ਬਾਰੇ ਦੱਸੋ ਥੋੜ੍ਹਾ। ਇਹ ਜਿਹੜਾ ਕਾਸੋ ਓਪਰੇਸ਼ਨ ਹੈ, ਇਹ ਮਾਣਯੋਗ CP ਸਾਹਿਬ ਲੁਧਿਆਣਾ ਕੁਲਦੀਪ ਚਹਿਲ ਹੋਰਾਂ ਦੇ ਜਿਹੜਾ ਹੁਕਮਾਂ 'ਤੇ, ਅਤੇ ਮਾਣਯੋਗ ਸਾਡੇ DGP ਪੰਜਾਬ ਗੌਰਵ ਯਾਦਵ ਸਰ, ਅਤੇ ਸਪੈਸ਼ਲ DGP ਅਰਪਿਤ ਸ਼ੁਕਲਾ ਸਾਹਿਬ ਲੋ ਐਂਡ ਆਰਡਰ, ਉਹਨਾਂ ਦੀਆਂ ਜਿਹੜੀਆਂ ਡਾਇਰੈਕਸ਼ਨਸ ਨੇ ਉਹਦੇ ਉੱਤੇ ਪੈਨ ਪੰਜਾਬ 'ਚ ਜਿਹੜਾ ਇਹ ਕਾਸੋ ਓਪਰੇਸ਼ਨ ਕੀਤਾ ਜਾਂਦਾ, ਉਹਦੇ ਵਿੱਚ ਵੱਖ ਵੱਖ ਏਰੀਏ ਜਿਹੜੇ ਆ, ਜਿਹੜੇ ਅਸੀਂ ਜਿਨ੍ਹਾਂ ਨੂੰ ਸ਼ੱਕੀ ਜਾਂ ਜਿੱਥੇ ਡਰੱਗ ਦੀ ਜਾਂ ਹੋਰ ਜਿਹੜੀ ਇਹੋ ਜਿਹੀਆਂ ਗੱਲਾਂ ਸਾਡੇ ਧਿਆਨ 'ਚ ਆਉਂਦੀਆਂ, ਉਸ ਏਰੀਆ ਨੂੰ ਚੂਜ਼ ਕਰਕੇ ਉੱਥੇ ਜਿਹੜਾ ਕਾਸੋ ਓਪਰੇਸ਼ਨ ਸੈਮੀਟੇਨੀਅਸਲੀ ਸਾਰੇ ਕਮਿਸ਼ਨਰੇਟ ਦੇ ਵਿੱਚ ਸੇਮ ਟਾਈਮ 'ਚ ਕਰਾਇਆ ਜਾਂਦਾ। ਸਰ, ਆਪ ਦਿਨ ਚਾਹੇ ਕੋਈ ਅਫਸਰ ਦੀ ਤਬਦੀਲੀ ਹੋਵੇ ਜਾਂ ਕਿਸੇ ਤੋਂ ਸੂਹ ਮਿਲੀ ਹੋਵੇ, ਇੱਥੇ ਸਰਚ ਅਭਿਆਨ ਚਲਾਇਆ ਜਾਂਦਾ, ਪਰ ਪੱਕੇ ਤੌਰ 'ਤੇ ਠੱਲ ਨਹੀਂ ਪੈਂਦੇ? ਦੇਖੋ, ਇਹ ਜਿਹੜੇ ਬੈਸਟ ਐਫਰਟਸ ਕੀਤੇ ਜਾਂਦੇ ਆ, ਓਪਰੇਸ਼ਨ ਜਿਹੜੇ ਆ, ਸਰਚ ਓਪਰੇਸ਼ਨ ਕੀਤੇ ਜਾਂਦੇ, ਉਹਦੇ 'ਚ ਰਿਕਵਰੀਆਂ ਵੀ ਕੀਤੀਆਂ ਜਾਂਦੀਆਂ। ਜਿਵੇਂ ਕਿ ਹੁਣ ਅੱਜ ਮੈਂ ਹੁਣ ਇੱਥੇ ਸ਼ਿਮਲਾਪੁਰੀ ਏਰੀਏ ਦੇ ਵਿੱਚ ਹਾਂ, ACP ਇੰਡਸਟਰੀ A-B ਅਤੇ ADCP 2 ਦੇਵ ਸਿੰਘ ਹੋਰਾਂ ਦੇ ਜਿਹੜੇ ਇੱਥੇ ਸ਼ਿਮਲਾਪੁਰੀ ਥਾਣੇ ਦਾ ਜਿਹੜਾ ਏਰੀਆ, ਇਹਨਾਂ ਨੇ ਜਿਹੜੀ ਆ ਸਰਚ ਓਪਰੇਸ਼ਨ ਦੌਰਾਨ
ਤਕਰੀਬਨ 5 ਲੇਡੀਜ਼ ਅਤੇ ਜੈਂਟਸ ਹੈ ਜਿਨ੍ਹਾਂ ਨੂੰ ਰਾਊਂਡ ਅਪ ਕੀਤਾ ਅਤੇ ਉਹਨਾਂ ਦੇ ਕੋਲੋਂ ਜਿਹੜਾ ਨਸ਼ੀਲੀਆਂ ਜਿਹੜੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ। ਤਾਂ ਇਸੇ ਤਰ੍ਹਾਂ ਨਾਲ ਕਮਿਸ਼ਨਰੇਟ 'ਚ ਵੱਖ ਵੱਖ ਥਾਵਾਂ 'ਤੇ ਵੀ ਜਿਹੜਾ ਕਸ ਓਪਰੇਸ਼ਨ ਚੱਲ ਰਿਹਾ, ਤਾਂ ਉੱਥੇ ਜਿਹੜੀ ਵੱਖ ਵੱਖ ਜਗ੍ਹਾ 'ਤੇ ਜਿਹੜੀ ਕੋਈ ਰਿਕਵਰੀ ਹੋਏਗੀ ਉਹਦੀ ਅਸੀਂ ਸ਼ਾਮ ਨੂੰ ਇੱਕ ਜਿਹੜੀ ਆ ਪ੍ਰੈਸ ਬਰੀਫਿੰਗ ਦੇ ਦਾਂਗੇ।